ਸਾਰਿਆਂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ। ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਕੱਚੇ ਆਲੂਆਂ ਦੀ ਸਬਜ਼ੀ। ਇਹ ਕੱਚੇ ਆਲੂਆਂ ਨੂੰ ਅਸੀਂ ਬਿਨਾਂ ਉਬਾਲਣ ਤੋਂ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਇਹ ਸਬਜ਼ੀ ਨੂੰ ਬਹੁਤ ਹੀ ਘੱਟ ਸਮਾਨ ਨਾਲ ਅਸੀਂ ਬਣਾ ਕੇ ਤਿਆਰ ਕਰਾਂਗੇ ਤਾਂ ਮਿੰਟੋ ਮਿੰਟ ਤਿਆਰ ਹੋਣ ਵਾਲੀ ਇਹ ਸਬਜ਼ੀ ਹੈ। ਚਲੋ ਫਿਰ ਅੱਗੇ ਵੇਖੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਬਜ਼ੀ ਬਣਾ ਕੇ ਤਿਆਰ ਕੀਤੀ। ਆਲੂਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਆਲੂਆਂ ਦੀ ਸਬਜ਼ੀ ਅਸੀਂ ਬਿਨਾਂ ਉਬਾਲਣ ਤੋਂ ਬਣਾ ਕੇ ਤਿਆਰ ਕਰਾਂਗੇ। ਤਿੰਨ ਅਸੀਂ ਆਲੂ ਲਏ ਆ, ਦੋ ਟਮਾਟਰ ਲਏ ਆ, ਦੋ ਹੀ ਪਿਆਜ਼, ਇੱਕ ਅਦਰਕ ਦਾ ਟੁਕੜਾ ਅਤੇ ਥੋੜ੍ਹੀਆਂ ਜਿਹੀਆਂ ਹਰੀਆਂ ਮਿਰਚਾਂ। ਆਲੂਆਂ ਨੂੰ ਅਸੀਂ ਛਿੱਲ ਕੇ ਪਾਣੀ ਵਿੱਚ ਪਾ ਲਿਆ ਸੀ, ਹੁਣ ਅਸੀਂ ਇਹਦੀ ਕਟਿੰਗ ਕਰ ਲੈਂਦੇ ਹਾਂ। ਆਲੂਆਂ ਦੀ ਕਟਿੰਗ ਕਰ ਲਈ ਆ, ਆਲੂਆਂ ਨੂੰ ਅਸੀਂ ਨਾਲ ਦੀ ਨਾਲ ਪਾਣੀ 'ਚ ਪਾ ਦਿੱਤਾ। ਹੁਣ ਅਸੀਂ ਪਿਆਜ਼, ਅਦਰਕ ਅਤੇ ਹਰੀ ਮਿਰਚ ਦਾ ਪੇਸਟ ਬਣਾ ਲੈਂਦੇ ਹਾਂ ਅਤੇ ਇਹਨਾਂ ਨੂੰ ਅਸੀਂ ਰਫਲੀ ਚੋਪ ਕਰ ਲੈਂਦੇ ਹਾਂ। ਪਿਆਜ਼ ਨੂੰ ਵੀ ਅਸੀਂ ਰਫਲੀ ਚੋਪ ਕਰ ਲਿਆ ਵਾ ਅਤੇ ਅਦਰਕ ਅਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਵਾ। ਕੁੱਕਰ ਅਸੀਂ ਗੈਸ ਪਰ ਰੱਖ ਲਿਆ ਵਾ। ਇੱਕ ਕੜਛੀ ਸਰ੍ਹੋਂ ਦਾ ਤੇਲ ਪਾਵਾਂਗੇ। ਤੇਲ ਗਰਮ ਹੋ ਗਿਆ। ਦੋ ਲੌਂਗ, ਹਰੀ ਇਲਾਚੀ, ਦਾਲਚੀਨੀ ਦਾ ਟੁਕੜਾ, ਅੱਧਾ ਕੁ ਚਮਚਾ ਸਾਬਤ ਮੇਥੇ, ਇੱਕ ਤੇਜ ਪੱਤਾ, ਅੱਧਾ ਕੁ ਚਮਚਾ ਜੀਰਾ, ਚਮਚੇ ਦਾ ਚੌਥਾ ਕੁ ਹਿੱਸਾ ਅਜਵੈਨ। ਇਹ ਸਾਰੀਆਂ ਚੀਜ਼ਾਂ ਭੁੰਨ ਹੋ ਗਈਆਂ। ਹੁਣ ਅਸੀਂ ਪਿਆਜ਼ ਪਾ ਲੈਂਦੇ। ਪਿਆਜ਼ ਹਲਕਾ ਗੁਲਾਬੀ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਅਦਰਕ ਅਤੇ ਹਰੀ ਮਿਰਚ ਦਾ ਪੇਸਟ ਪਾ ਲੈਂਦੇ। ਦੋ ਤਿੰਨ ਮਿੰਟ ਅਸੀਂ ਇਹਨੂੰ ਵੀ ਪਕਾ ਲੈਂਦੇ। ਪਿਆਜ਼ ਅਤੇ ਅਦਰਕ ਦਾ ਪੇਸਟ ਭੁੰਨ ਹੋ ਗਿਆ। ਅੱਧਾ ਕੁ ਚਮਚਾ ਦੇਗੀ ਲਾਲ ਮਿਰਚ, ਇਹ ਅਸੀਂ ਦੇਗੀ ਲਾਲ ਮਿਰਚ ਕਲਰ ਵਾਸਤੇ ਪਾਈ ਅਤੇ ਸਬਜ਼ੀ ਦਾ ਕਲਰ ਬਹੁਤ ਵਧੀਆ ਆਏਗਾ ਇਹਦੇ ਨਾਲ। ਟਮਾਟਰ ਦਾ ਪੇਸਟ ਬਣਾਇਆ, ਇਹ ਵੀ ਪਾ ਲੈਂਦੇ। ਟਮਾਟਰ ਵੀ ਭੁੰਨ ਹੋ ਗਿਆ ਵਾ, ਤੇਲ ਇਹਨੇ ਛੱਡ ਦਿੱਤਾ ਵਾ, ਤੜਕੇ ਨੇ ਆਪਣੇ ਉੱਪਰ ਤੇਲ ਵੇਖੋ ਉੱਪਰ ਤਿਰਵਰਾ ਤੈਰ ਰਿਹਾ ਵਾ। ਹੁਣ ਅਸੀਂ ਵੀ ਥੋੜ੍ਹਾ ਜਿਹਾ ਪਾਣੀ ਪਾ ਦਿੰਦੇ, ਥੋੜ੍ਹਾ ਜਿਹਾ ਚਿਰ ਅਸੀਂ ਹੋਰ ਪਕਾ ਲਈਏ ਅਤੇ ਤੜਕਾ ਸਾਡਾ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਵੇ। ਤੜਕਾ ਸਾਡਾ ਚੰਗੀ ਤਰ੍ਹਾਂ ਪੱਕ ਚੁੱਕਾ ਵਾ। ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਲੈਂਦੇ। ਹਲਦੀ ਪਾਵਾਂਗੇ ਇੱਕ ਚਮਚਾ, ਨਮਕ ਅਸੀਂ ਟੇਸਟ ਅਨੁਸਾਰ, ਥੋੜ੍ਹੀ ਜਿਹੀ ਕੁੱਟੀ ਹੋਈ ਲਾਲ ਮਿਰਚ, ਗਰਮ ਮਸਾਲਾ, ਇਹਨਾਂ ਨੂੰ ਮਿਕਸ ਕਰ ਲੈਂਦੇ ਹਾਂ ਕਿ ਮਸਾਲੇ ਵੀ ਸਾਡੇ ਚੰਗੀ ਤਰ੍ਹਾਂ ਭੁੱਜ ਜਾਣ। ਜਿਹੜੇ ਆਲੂ ਅਸੀਂ ਕੱਟ ਕੇ ਰੱਖੇ ਸੀ ਉਹਨਾਂ ਨੂੰ ਪਾ ਲੈਂਦੇ। ਉਹਨਾਂ ਦੇ ਵਿੱਚੋਂ ਅਸੀਂ ਪਾਣੀ ਜਿਹੜਾ ਉਹ ਕੱਢ ਲਿਆ ਵਾ, ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ। ਕਿਉਂਕਿ ਇਹਦੇ ਵਿੱਚ ਹਲਕਾ ਜਿਹਾ ਰਸਾ ਬਣਾਵਾਂਗੇ ਅਸੀਂ। ਹੁਣ ਅਸੀਂ ਇਹਨੂੰ ਬੰਦ ਕਰ ਦਿੰਦੇ ਹਾਂ। ਇੱਕ ਤੋਂ ਦੋ ਵਿਸਲ ਮਰਵਾ ਲੈਂਦੇ, ਇਹਦੀ ਇੱਕ ਤੋਂ ਦੋ ਵਿਸਲੇ ਦੀ ਆਉਣ ਦਿੰਦੇ ਹਾਂ ਅਸੀਂ। ਦੋ ਵਿਸਲਾਂ ਸਬਜ਼ੀ ਨੂੰ ਆ ਗਈਆਂ ਵਾ,
ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ। ਜਦੋਂ ਤੱਕ ਇਹਦੀ ਭਾਫ਼ ਰਿਲੀਜ਼ ਨਹੀਂ ਹੁੰਦੀ ਉਦੋਂ ਤੱਕ ਅਸੀਂ ਇਹਨੂੰ ਇਸ ਤਰ੍ਹਾਂ ਬੰਦ ਹੀ ਰਹਿਣ ਦਾਂਗੇ। ਸੁੱਕੀ ਮੇਥੀ ਨੂੰ ਅਸੀਂ ਹਲਕਾ ਜਿਹਾ ਰੋਸਟ ਕਰ ਲਿਆ ਵਾ ਤਵੇ 'ਤੇ। ਹੁਣ ਅਸੀਂ ਇਹਨੂੰ ਹੱਥ ਨਾਲ ਕਰੈਸ਼ ਕਰਕੇ ਸਬਜ਼ੀ ਦੇ ਵਿੱਚ ਪਾ ਲੈਂਦੇ, ਚੈੱਕ ਕਰ ਲੈਂਦੇ ਹਾਂ। ਸਬਜ਼ੀ ਦਾ ਰੰਗ ਬਹੁਤ ਹੀ ਵਧੀਆ ਆਇਆ। ਜਦੋਂ ਅਸੀਂ ਕੱਚੇ ਆਲੂਆਂ ਨੂੰ ਕੱਟ ਕੇ ਸਬਜ਼ੀ ਇਸ ਤਰ੍ਹਾਂ ਬਣਾਉਂਦੇ ਹਾਂ ਅਤੇ ਜਿਹੜਾ ਮਸਾਲਾ ਹੁੰਦਾ ਇਹ ਸਬਜ਼ੀ ਦੇ ਅੰਦਰ ਤੱਕ ਜਾਂਦਾ ਵਾ। ਆਲੂ ਵੀ ਪੂਰੀ ਤਰ੍ਹਾਂ ਗਲ ਗਏ ਆ। ਸੁੱਕੀ ਮੇਥੀ ਨੂੰ ਹੱਥਾਂ ਨਾਲ ਅਸੀਂ ਕਰੈਸ਼ ਕਰਕੇ, ਜਦੋਂ ਅਸੀਂ ਤਵੇ 'ਤੇ ਸੇਕ ਲੈਂਦੇ ਹਾਂ ਤਾਂ ਮੇਥੀ ਸਾਡੀ ਦਾ ਟੇਸਟ ਬਹੁਤ ਹੀ ਵਧੀਆ ਹੋ ਜਾਂਦਾ, ਇਹਦੇ ਵਿੱਚੋਂ ਸਮੈਲ ਵੀ ਬਹੁਤ ਹੀ ਵਧੀਆ ਆਉਂਦਾ। ਆਲੂਆਂ ਦੀ ਸਬਜ਼ੀ ਸਾਡੀ ਬਣ ਕੇ ਤਿਆਰ ਆ, ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਆ। ਇਹਦਾ ਕਲਰ ਹੀ ਬਹੁਤ ਵਧੀਆ ਆਇਆ ਵਾ। ਥੋੜ੍ਹਾ ਜਿਹਾ ਅਸੀਂ ਇਹਦੇ ਉੱਪਰ ਗਰਮ ਮਸਾਲਾ ਪਾ ਲਈ, ਤੁਸੀਂ ਵੀ ਇਸੇ ਤਰ੍ਹਾਂ ਬਣਾਇਓ। ਵੀਡੀਓ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।